ਇਹ ਹਾਈ ਕਮਾਂਡ ਦੇਖੀ ਮੇਰੇ ਵਾਸਤੇ ਗੱਲ। ਵੋਟਰਾਂ ਨੂੰ ਮੈਂ ਇਹੀ ਕਹਿਣਾ ਚਾਹੂੰਗਾ, ਸਰਕਾਰ ਵੀ ਤੁਸੀਂ ਬਣਾਈ ਸੀ ਔਰ 2 ਸਾਲ ਬੀਤ ਜਾਣ ਤੋਂ ਬਾਅਦ ਵੀ ਅੱਜ ਉਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਕਾਂਗਰਸ ਪਾਰਟੀ ਦਾ ਮਾਣ ਔਰ ਮਰਿਆਦਾ ਨੂੰ ਪੂਰਾ ਰੱਖ ਕੇ ਅੱਜ ਜੋ ਜਿੱਤ ਹੋਈ ਆ ਮੇਰੀ ਨਹੀਂ ਹੋਈ, ਨਾਭਾ ਹਲਕੇ ਦੇ ਵੋਟਰਾਂ ਦੀ ਹੋਈ ਆ ਜਿਨ੍ਹਾਂ ਨੇ ਦਿਨ ਰਾਤ ਪਹਿਰਾ ਦੇ ਕੇ ਆਪਣੇ ਆਪ ਨੂੰ ਬਚਾਇਆ ਔਰ ਜਿਹੜੇ ਲੋਕ ਵਿੱਚ ਖਰਾਬ ਕਰਨ ਵਾਲੇ ਸੀ ਦੂਜੀਆਂ ਪਾਰਟੀਆਂ ਨੂੰ ਕਰਾਰਾ ਜਵਾਬ ਦਿੱਤਾ। ਉਹ ਵੀ ਦਿਨ ਸੀ ਵੀ ਇਹ ਵੀ ਇਹ ਨਹੀਂ ਇਹ ਇੱਕ ਦਿਨ ਉਹ ਵੀ ਸੀ ਜਦੋਂ 2 ਸੀਟਾਂ ਸੀ ਇਹਨਾਂ ਕੋਲ, ਇਹ ਤਾਂ ਚੱਲਦਾ ਰਹਿੰਦਾ। ਪਰ ਜੋ 5 ਸਟੇਟਾਂ 'ਚ ਹੋਇਆ 5-5 ਮਹੀਨੇ ਸਰਕਾਰਾਂ ਬਣਨੀਆਂ ਹੋਣ ਅਤੇ 1 ਵੀ ਸੀਟ ਨਾ ਹੋਵੇ, ਇਹਦੇ ਕਿਤੇ ਨਾ ਕਿਤੇ ਹਿੰਦੁਸਤਾਨ ਦੇ ਲੋਕਾਂ ਨੂੰ ਚੀਜ਼ ਹਜ਼ਮ ਨਹੀਂ ਹੋ ਰਹੀ, ਇਹ ਸਾਹਮਣੇ ਆ ਜਾਏਗਾ ਹੌਲੀ ਹੌਲੀ। ਮੈਂ ਨਹੀਂ ਕਹਿੰਦਾ ਔਰ ਲੋਕਾਂ ਨੇ ਹਿੰਦੁਸਤਾਨ ਦੇ ਲੋਕਾਂ ਨੇ ਸਮਝ ਲਿਆ, ਪੂਰੀ ਪਲੈਨਿੰਗ ਨਾਲ ਕੰਮ ਹੋਇਆ। ਇਹ ਚੰਦੂ ਮਾਜਰਾ ਕਹਿਣ ਆਪਣੀ ਪਾਰਟੀ 'ਚ ਕਹਿਣ ਕਰਨ ਜੋ ਪੰਜਾਬ ਦੇ ਨਾਲ ਧੱਕਾ ਕੀਤਾ 10 ਸਾਲ ਪੰਜਾਬ ਨੂੰ ਜਿਹੜਾ ਪਛਾੜ ਕੇ ਰੱਖਿਆ ਉਹਦੇ 'ਤੇ ਵਿਚਾਰ ਕਰਨ ਤਾਂ ਦੇਖਣਗੇ ਲੋਕ। ਚੰਦੂ ਮਾਜਰ ਦੀ ਗੱਲ ਠੀਕ ਹੈ, ਨਹੀਂ ਖਤਮ ਕਦੇ ਕੋਈ ਪਾਰਟੀ ਨਹੀਂ ਹੋਇਆ ਕਰਦੀ। ਇਹ ਬਚਪਨ ਹੈ ਕਿ ਕਹਿ ਦਈਏ ਕਿ ਫਲਾਣਾ ਖਤਮ ਹੋ ਜਾਏਗਾ, ਫਲਾਣਾ ਖਤਮ ਹੋ ਜਾਏਗਾ। ਇੱਕ ਟਾਈਮ ਸੀ ਕਿ BJP 2 ਸੀਟਾਂ 'ਤੇ ਸੀ, ਅੱਜ ਉਹ 300 ਸੀਟਾਂ 'ਤੇ ਪਹੁੰਚੇ ਨੇ, ਕਿਵੇਂ ਕਰੇ ਜਿਵੇਂ ਮਰਜ਼ੀ ਪਹੁੰਚੇ। ਔਰ ਕਾਂਗਰਸ ਪਾਰਟੀ 400 ਸੀਟਾਂ ਤੱਕ ਪਹੁੰਚ ਚੁੱਕੀ ਹੈ ਪਹਿਲਾਂ, ਇਹ ਤਾਂ ਚੱਲਦਾ ਰਹਿੰਦਾ। ਇਸ ਕਰਕੇ ਜਦੋਂ ਬੰਦਾ ਹਾਰ 'ਚ ਵੀ ਆਉਂਦਾ ਨਾ ਕੁਛ ਸਿੱਖਦਾ, ਆਪਣੇ ਪਰਾਏ ਦਾ ਪਤਾ ਲੱਗਦਾ ਉਹ ਕੁਛ ਸਿੱਖਦਾ। ਆਪੋਜੀਸ਼ਨ ਨਿਭਾਉਣ ਦਾ ਵੀ ਇੱਕ ਰੋਲ ਦੇਸ਼ ਦੇ ਹਿੱਤ 'ਚ ਜਾਂਦੀ ਹੈ ਗੱਲ, ਔਰ ਜਿੱਤ ਹਾਰ ਤਾਂ ਲੋਕਾਂ ਦੇ ਹੱਥ ਹੈ, ਸਭ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ। ਆ ਰਿਹਾ ਪਹਿਲਾਂ ਤੀਜੇ ਜਿੱਥੇ ਦੂਜੇ ਨੇ ਇਹ ਸਾਰਿਆਂ ਨੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਵਿਕਾਸ ਦੇ ਨਾਭੇ ਸਰਦਾਰ ਸਾਧੂ ਸਿੰਘ ਧਰਮਸੋਤ ਕੈਬਨਿਟ ਮੰਤਰੀ ਪੰਜਾਬ ਇੱਕ ਵਿਕਾਸ ਦੇ ਉੱਪਰ ਮੋਹਰ ਲਾਈ ਹੈ। ਵਿਰੋਧੀਆਂ ਨੇ ਬਹੁਤ ਕੋਸ਼ਿਸ਼ ਕੀਤੀ, ਫਿਰ ਵੀ ਸਾਰੇ ਇੱਕ ਇੱਕ ਵਰਕਰ ਨੇ ਆਪਣੇ ਅਹੁਦੇ ਤੋਂ ਉੱਪਰ ਉੱਠ ਕੇ ਕਾਂਗਰਸ ਪਾਰਟੀ ਵਿੱਚ ਵਿਸ਼ਵਾਸ ਜਿਤਾਇਆ ਅਤੇ ਭਾਰੀ ਲੀਡ ਜੋ ਕਿ ਤੁਹਾਡੇ ਸਾਹਮਣੇ 17,207 ਦੇ ਕਰੀਬ ਵੋਟਾਂ ਦੇ ਉੱਪਰ ਅਸੀਂ ਮਹਾਰਾਜ ਸਾਹਿਬ ਜਿੱਤ ਕੇ ਆਏ ਨੇ। ਅੱਜ ਇੰਨਾ ਇੱਥੇ ਖੁਸ਼ੀ ਦਾ ਮਾਹੌਲ ਹੈ ਕਿ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਵਰਕਰ ਆ ਰਹੇ ਨੇ ਅਤੇ ਆਪਣਾ ਮੰਤਰੀ ਜੀ ਨੂੰ ਅਤੇ ਸਾਰੇ ਲੋਕਾਂ ਨੂੰ ਵਧਾਈ ਦੇ ਰਹੇ ਨੇ। ਮੈਂ ਵੀ ਧੰਨਵਾਦ ਕਰਦਾ ਸਾਰੇ ਸ਼ਹਿਰ ਨਿਵਾਸੀਆਂ ਦਾ ਅਤੇ ਪਿੰਡ ਨਿਵਾਸੀਆਂ ਜਿਨ੍ਹਾਂ ਨੇ ਇੱਕ ਇੱਕ ਵੋਟ ਪਾ ਕੇ ਕਾਂਗਰਸ ਪਾਰਟੀ 'ਚ ਵਿਸ਼ਵਾਸ ਜਿਤਾਇਆ। ਵਰਕਰ ਨੇ ਆਪਣੀ ਜਿੰਦ ਜਾਨ ਲਾ ਕੇ ਆਪਣੀ ਇਲੈਕਸ਼ਨ ਸਮਝ ਕੇ ਇਕੱਲੇ ਇਕੱਲੇ ਨੇ ਆਪ ਲੜਾਈ ਲੜੀ ਹੈ ਔਰ ਇਹ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ, ਸਾਰੀ ਪਾਰਟੀ ਇੱਕ ਹੈ। ਐਂ ਤਾਂ ਹੁਣ ਕਣਕ 'ਚ ਮੈਂ ਪਹਿਲਾਂ ਵੀ ਇੱਥੇ ਕਿਹਾ, ਹੁਣ ਵੀ ਕਾਲੰਗਿਆਰੀ ਹੁੰਦੀ ਆ, ਇਹ ਕਾਲੰਗਿਆਰੀ ਹੈਗੀ ਤੀ ਉਹ ਦਵਾਈ ਐਸੀ ਪਾਈ ਲੋਕਾਂ ਨੇ ਔਰ ਖਤਮ ਕਰਤੀ ਔਰ ਦੱਸਤਾ ਵੀ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਨੇ ਔਰ ਇਕੱਲੀ ਇਕੱਲੀ ਵੋਟ ਜਿਹੜੀ ਹੈ ਉਹ ਮਹਾਰਾਣੀ ਪ੍ਰਨੀਤ ਕੌਰ ਨੂੰ ਪਈ ਹੈ ਔਰ ਸਰਦਾਰ ਸਾਧੂ ਸਿੰਘ ਅਤੇ ਨਾਲ ਸਾਰਿਆਂ ਨੇ ਰਮੇਸ਼ ਸਿੰਗਲਾ ਜੀ ਨੇ ਸਾਰਿਆਂ ਨੇ ਰਲ ਕੇ ਡਟ ਕੇ ਪੂਰਾ ਵਰਕਰਾਂ ਦੇ ਵਿੱਚ ਜੋਸ਼ ਭਰਿਆ ਔਰ ਇਹੀ ਰਹੂਗਾ। ਔਰ 22 ਦੇ ਵਿੱਚ ਅਸੀਂ ਇਹ ਵਿਸ਼ਵਾਸ ਕਰਦੇ ਹਾਂ ਮਹਾਰਾਜ ਸਾਹਿਬ ਦੇ 'ਚ ਜਿਹੜਾ ਕੰਮ ਕੀਤਾ ਉਹਦੀ ਨੀਤੀਆਂ 'ਤੇ ਮੋਹਰ ਹੈ। ਪੰਜਾਬ ਦੇ ਵਿੱਚ ਕਾਂਗਰਸ ਦੀ ਪੂਰੀ ਜਿਹੜੀਆਂ ਸੀਟਾਂ ਨੇ ਵੱਧ ਚੜ੍ਹ ਕੇ ਆਈਆਂ ਨੇ, ਇਸ ਦੀ ਸਾਡੇ ਮੰਤਰੀ ਸਾਧੂ ਸਿੰਘ ਧਰਮਸੋਤ ਜੀ ਅਤੇ ਸਾਡੇ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਸਾਡੇ ਸਾਰੀ ਟੀਮ ਵੱਲੋਂ। ਅਸੀਂ ਸਾਰੀ ਟੀਮ ਨੇ ਰਲ ਚੜ੍ਹ ਕੇ ਬਹੁਤ ਮਿਹਨਤ ਕਰਕੇ ਇਸ ਗੱਲ ਨੂੰ ਸਿਰੇ ਲਾਇਆ ਔਰ ਸਾਰੇ ਜਿਹੜੇ ਲੋਕ ਨੇ ਸਾਰੇ ਵਧਾਈ ਦੇ ਪਾਤਰ ਨੇ। ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਜੀ ਮੰਤਰੀ ਸਾਹਿਬ ਵੱਲੋਂ, ਤਾਂ ਹੀ ਧੰਨਵਾਦ ਰੈਲੀ ਰੱਖੀ ਗਈ ਹੈ, ਤਾਂ ਹੀ ਪ੍ਰੋਗਰਾਮ ਰੱਖਿਆ ਗਿਆ ਤਾਂ ਜੋ ਜਿਹੜਿਆਂ ਨੇ ਵਰਕਰਾਂ ਨੇ ਕੰਮ ਕੀਤਾ ਉਹਨਾਂ ਦਾ ਉਤਸ਼ਾਹ ਵਧੂਗਾ, ਮਾਣ ਸਤਿਕਾਰ ਦਿੱਤਾ ਜਾ ਰਿਹਾ ਉਹਨਾਂ ਨੂੰ। ਬਹੁਤ ਜ਼ਿਆਦਾ ਵੱਡੀ ਰੀਡ 'ਤੇ ਜਿੱਤੀ ਆ, ਮਹਾਰਾਣੀ ਸਾਹਿਬ ਨੂੰ ਸਾਡੇ ਪਿੰਡ 'ਚੋਂ ਬਹੁਤ ਜ਼ਿਆਦਾ ਵੋਟ ਪਈ ਆ, ਕਿਹੜੇ ਟਕਸਾਲੀ ਕਹਾਉਂਦੇ ਤੇ ਉਹਨਾਂ ਨੂੰ ਦੇਖ ਲਓ ਕਿਹੜੀ ਵੋਟ ਪਈ ਆ, ਕੋਈ ਵੋਟ ਨਹੀਂ ਪਈ ਉਹਨਾਂ ਨੂੰ, ਟਕਸਾਲੀ ਕਹਾਉਂਦੀ ਤੇ ਬਸ ਮੇਜਰ ਸਿੰਘ ਨੂੰ ਐਨ ਪਿੰਡ 'ਚੋਂ ਹਰਾ ਕੇ ਭੇਜਿਆ। ਪਹਿਲਾਂ ਤਾਂ ਸਾਡੀ ਲੋਕਲ ਬਾਡੀ ਨੂੰ ਸਰਦਾਰ ਸਾਧੂ ਸਿੰਘ ਧਰਮਸੋਤ ਜੀ ਨੂੰ ਅਤੇ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਸਾਡੇ ਸਾਰੇ ਵਪਾਰੀਆਂ ਵੱਲੋਂ ਸਾਡੀ ਕਮਿਸਟ ਐਸੋਸੀਏਸ਼ਨ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦੇ ਹਾਂ ਔਰ ਸਾਰੇ ਨਾਭਾ ਵਪਾਰ ਮੰਡਲ ਵੱਲੋਂ ਅਸੀਂ ਮੁਬਾਰਕਬਾਦ ਦੇਣਾ ਚਾਹੁੰਦੇ ਹਾਂ ਕਿਉਂਕਿ ਸਭ ਨੇ ਹੀ ਦਿਲੋਂ ਵੋਟਾਂ ਪਾ ਕੇ ਮਹਾਰਾਣੀ ਸਾਹਿਬਾਂ ਨੂੰ ਇੰਨੀ ਲੀਡ ਨਾਲ ਜਿਤਾਇਆ। ਬਹੁਤ ਸ਼ਾਹ ਹੈ, ਐਵੇਂ ਅਸੀਂ ਨਾਭਾ ਵਪਾਰ ਮੰਡਲ ਵੱਲੋਂ ਅੱਜ ਮਹਾਰਾਣੀ ਸਾਹਿਬਾਂ ਨੂੰ ਅਤੇ ਸਾਡੇ ਸਰਦਾਰ ਸਾਧੂ ਸਿੰਘ ਧਰਮਸੋਤ ਕੈਬਨਿਟ ਮਿਨਿਸਟਰ ਨੂੰ ਅਸੀਂ ਵਧਾਈ ਦੇਣ ਆਏ ਹਾਂ। ਜਿਵੇਂ ਕਿ ਸਾਨੂੰ ਪਤਾ ਹੈ ਕਿ ਕਾਂਗਰਸ ਦਾ ਪੂਰਾ
ਉਹ ਹੈ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਸੀਟਾਂ ਕਾਂਗਰਸ ਨੂੰ ਮਿਲੀਆਂ, ਅਸੀਂ ਮਹਾਰਾਣੀ ਗੁਰਨੀਤ ਕੌਰ ਦੇ ਨਾਲ ਹਾਂ ਵੱਧ ਤੋਂ ਵੱਧ। ਅੱਜ ਪੂਰੇ ਨਾਭੇ ਹਲਕੇ ਦੇ ਵਿੱਚ ਸਰਦਾਰ ਸਾਧੂ ਸਿੰਘ ਜੀ ਧਰਮਸੋਤ ਨੇ ਆਪਣੇ ਸਾਰੇ ਪੰਚਾਂ ਸਰਪੰਚਾਂ ਨੂੰ ਬਲਾਕ ਸੰਮਤੀ ਮੈਂਬਰਾਂ ਨੂੰ ਸਾਰਿਆਂ ਨੂੰ ਥਾਪੜਾ ਦਿੱਤਾ ਹੈ ਅਤੇ ਪਾਰਟੀ ਦਿੱਤੀ ਹੈ ਖੁਸ਼ੀ ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਦੇ ਜਿੱਤਣ 'ਤੇ, ਕਿਉਂਕਿ ਹਲਕੇ ਦੇ ਵਿੱਚ ਬਹੁਤ ਹੀ ਵੱਡੀ ਲੀਡ ਮਿਲੀ ਹੈ ਨਾਭੇ ਦੇ ਵਿੱਚ, ਇਸ ਕਰਕੇ ਮੰਤਰੀ ਸਾਹਿਬ ਨੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਅਤੇ ਪਾਰਟੀ ਵੀ ਕੀਤੀ। ਨਾਭਾ ਵਪਾਰ ਮੰਡਲ ਵੱਲੋਂ ਅਸੀਂ ਬਹੁਤ ਮਹਾਰਾਣੀ ਦਾ ਸਵਾਗਤ ਕਰਦੇ ਹਾਂ ਜਿਨ੍ਹਾਂ ਨੇ ਨਾਭੇ ਵਿੱਚੋਂ ਵੀ ਲੀਡ ਲਈ, ਸਾਰੇ ਸਾਰੇ ਆਪਣੇ ਹਲਕੇ ਵਿੱਚੋਂ ਲੀਡ ਲਈ। ਅਸੀਂ ਸਰਦਾਰ ਧਰਮ ਸਾਧੂ ਸਿੰਘ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਨਾਭੇ ਹਲਕੇ ਵਿੱਚ ਜਿੱਤਣ ਦੀ ਮਹਾਰਾਣੀ ਜਿੱਤਣ ਬਾਰੇ ਪੁੱਛ ਰਹੇ ਹੋ ਜੀ, ਇਹ ਤੁਹਾਨੂੰ ਨੀਡ ਦਾ ਸਾਡੀ ਦਾ ਪਤਾ ਲੱਗ ਗਿਆ। ਉਹਨਾਂ ਨੇ ਪੂਰਾ ਜ਼ੋਰ ਲਗਾਇਆ ਵੀ ਸਰਦਾਰ ਸਾਧੂ ਸਿੰਘ ਇੱਥੋਂ ਨਾਭੇ 'ਚੋਂ ਹਾਰੇ ਤਾਂ ਜੋ ਪੰਜਾਬ ਦਿਖਾਉਣ ਵੀ ਇਹਦੀ ਕਾਰਜਕਾਰੀ ਵਧੀਆ ਨਹੀਂ, ਪਰ ਲੋਕਾਂ ਨੇ ਜਿੱਤ ਦੀ ਮੋਹਰ ਲਾ ਕੇ ਇਹ ਦੱਸਤਾ ਵੀ ਜਿੱਤ ਜਿਹੜੀ ਹੋਈ ਹੈ ਇਹ ਵਿਕਾਸ ਦੀ ਜਿੱਤ ਹੋਈ ਹੈ, ਸਰਦਾਰ ਸਾਧੂ ਸਿੰਘ ਦਾ ਪਿਆਰ ਹੋਇਆ। ਸਾਡੇ ਰਮੇਸ਼ ਸਿੰਗਲਾ ਜੀ, ਮਹੰਤ ਖਨੌੜਾ, ਸਾਡੇ ਸ਼ੈਂਤੀ ਪ੍ਰਧਾਨ ਸ਼ਹਿਰ 'ਚ ਵੀ, ਮੈਂ ਕਿਸੇ 'ਤੇ ਕੋਈ ਪਰਸਨਲ ਨਹੀਂ ਕਰਦਾ ਅਟੈਕ, ਪਰ ਗੱਲ ਇਹ ਆ ਵੀ ਸਾਡਾ ਸਾਰਿਆਂ ਦਾ ਫਰਜ਼ ਬਣਦਾ, ਕਿਉਂ ਆਉਣ ਦੇ ਨਾਲ ਕੀ ਗੱਲ, ਉਹ ਕਾਂਗਰਸ ਪਾਰਟੀ ਦੇ MLA ਨੇ, ਡਿਊਟੀ ਬਣਦੀ ਆ ਉਹਨਾਂ ਦੀ, ਸਾਰੇ ਇਕੱਠੇ ਹੋ ਕੇ ਆਏ ਨੇ, ਕੋਈ ਨਹੀਂ ਹੈ ਇਸਦੀ ਗੱਲ ਹੈਗੀ, ਸਾਰਿਆਂ ਨੇ ਇਕਜੁੱਟ ਹੋ ਕੇ ਜਿਹੜੀ ਚੋਣ ਲੜੀ ਆ। ਪਰ ਸਾਨੂੰ ਹਜੇ ਵੀ ਥੋੜ੍ਹੀ ਜਿਹੀ ਜਿਹੜੇ ਟਕਸਾਲੀ ਨਹੀਂ ਸਾਡੇ ਨਾਲ ਜਿਹੜੇ ਆਪਣੇ ਕੋਲ, ਉਹਨਾਂ 'ਚ ਕੋਈ ਨਹੀਂ ਚੱਲਿਆ, ਮੈਂ ਤੁਹਾਨੂੰ ਬੜੇ ਇਸ ਨਾਲ ਕੌਨਫੀਡੈਂਟ ਨਾਲ ਕਹਿਣਾ, ਉਹਨਾਂ ਨੇ ਕੋਈ ਮਦਦ ਨਹੀਂ ਕੀਤੀ ਹੈਗੀ।